ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਖਿਲਾਫ ਡਬਲ ਵੋਟ ਦੇ ਮਾਮਲੇ 'ਚ ਕਾਨੂੰਨੀ ਲੜਾਈ ਲੜ ਰਹੇ ਵਕੀਲ ਵਨੀਰ ਮਹਾਜਨ ਉੱਤੇ ਅੱਜ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਉਹ ਵਾਲ-ਵਾਲ ਬਚ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਵਨੀਰ ਮਹਾਜਨ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਕਾਰ ਵਿੱਚ ਬੈਠ ਕੇ ਗੋਪਾਲ ਮੰਦਿਰ ਮੱਥਾ ਟੇਕਣ ਲਈ ਗਏ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਆਪਣੀ ਕਾਰ ਵਿੱਚ ਬੈਠਣ ਲੱਗੇ ਤਾਂ ਅਚਾਨਕ ਮੋਟਰਸਾਈਕਲ ਸਵਾਰ ਦੋ ਲੜਕਿਆਂ ਵੱਲੋਂ ਉਹਨਾਂ ਉੱਪਰ ਤੇਜ਼ਾਬ ਦੀ ਬੋਤਲ ਨਾਲ ਹਮਲਾ ਕੀਤਾ ਗਿਆ, ਪਰ ਤੇਜ਼ਾਬ ਦੀ ਬੋਤਲ ਉਹਨਾਂ ਨੂੰ ਵੱਜਣ ਦੀ ਬਜਾਏ ਉਹਨਾਂ ਦੀ ਕਾਰ ਤੇ ਜਾ ਵੱਜੀ ਤੇ ਉਹ ਵਾਲ-ਵਾਲ ਬਚ ਗਏ। ਉਹਨਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਨੀਤ ਮਹਾਜਨ ਨੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲੇ ਵੀ ਉਹਨਾਂ ਉੱਪਰ ਕਈ ਹਮਲੇ ਕਰਵਾਏ ਜਾ ਚੁੱਕੇ ਹਨ। ਉਹਨਾਂ ਨੇ ਪੁਲਿਸ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਰੂਟੀਨ 'ਚ ਜਿਵੇਂ ਮੈਂ ਰੋਜ਼ ਮੰਦਰ ਆਉਂਦਾ ਇੱਥੇ ਗੋਪਾਲ ਮੰਦਰ, ਅਤੇ ਅੱਜ ਉੱਦਾਂ ਹੀ ਆ ਕੇ ਮੈਂ ਰੂਟੀਨ 'ਚ 9:45 ਦਾ ਟਾਈਮ ਹੋਏਗਾ, ਮੈਂ ਉੱਥੇ ਗੱਡੀ ਲਗਾਈ ਹੈ, ਗੱਡੀ ਲਗਾਈ ਹੈ ਅਜੇ, ਅਤੇ ਉੱਧਰੋਂ ਮੈਂ ਦੇਖਿਆ ਗਲੀ ਦੇ ਵਿੱਚੋਂ ਇੱਕ ਮੋਟਰਸਾਈਕਲ ਅਤੇ ਦੋ ਮੁੰਡੇ ਆਏ ਆ, ਉਹਨਾਂ 'ਚੋਂ ਇੱਕ ਮੁੰਡੇ ਨੇ ਭੱਜ ਕੇ ਆ ਕੇ ਮੇਰੀ ਗੱਡੀ ਦੇ ਉੱਤੇ ਬੋਟਲ ਮਾਰੀ, ਜਿਹੜੀ ਬੋਟਲ ਮੈਨੂੰ ਸਮਝ ਨਹੀਂ ਲੱਗੀ ਕਿ ਕਿਸ ਚੀਜ਼ ਦੀ ਬੋਟਲ, ਮੇਰੇ ਬੋਨਟ 'ਤੇ ਵੱਜ ਕੇ ਗੱਡੀ ਦੇ ਪਿੱਛੇ ਜਾ ਕੇ ਡਿੱਗੀ ਹੈ, ਅਤੇ ਡਿੱਗਿਆ ਤਾਂ ਦੇਖਿਆ ਸਾਰਾ ਐਸਿਡ ਸੀ, ਐਸਿਡ ਦਾ ਅਟੈਕ ਕੀਤਾ ਗਿਆ ਮੇਰੇ 'ਤੇ ਮੈਨੂੰ ਮਾਰਨ ਵਾਸਤੇ।